ਦੋਸਤੋ ਇਸ ਮਜ਼ਦੂਰ ਔਰਤ ਨੂੰ ਹਰਿਆਣਾ ਪੁਲਿਸ ਨੇ ਜਿਹੜਾ ਬਾਰਡਰ ਤੋਂ ਨਹੀਂ ਟੱਪਣ ਦਿੱਤਾ। ਉਸ ਤੋਂ ਬਾਅਦ ਦੇਖੋ ਫਿਰ ਇਸ ਔਰਤ ਨੇ ਕੀ ਕੀਤਾ, ਸਿੱਧਾ ਹੀ ਜਿਹੜਾ ਆਰਮੀ ਵਾਲਿਆਂ ਕੋਲ ਚਲੀ ਗਈ। ਦੋਸਤੋ ਪੰਜਾਬ ਹਰਿਆਣੇ ਬਾਰਡਰ ਦੇ ਖੜੇ, ਇੱਕ ਪਾਸੇ ਜਿਹੜੇ ਕਿਸਾਨ ਆਪਣੀਆਂ ਟਰਾਲੀਆਂ ਲੈ ਕੇ ਆਉਂਦੇ ਨੇ ਅਤੇ ਦੂਜੇ ਪਾਸੇ ਜਿਹੜਾ ਹਰਿਆਣੇ ਸਰਕਾਰ ਨੇ ਕੀ ਪ੍ਰਬੰਧ ਕੀਤੇ ਨੇ ਕਿਸਾਨਾਂ ਨੂੰ ਰੋਕਣ ਵਾਸਤੇ, ਆਓ ਦੇਖਦੇ ਹਾਂ। ਪਹਿਲਾਂ ਤੁਸੀਂ ਦੇਖੋ ਜਿਹੜੇ ਪੁਲਿਸ ਵੱਲੋਂ ਫੁੱਲ ਬੈਰੀਗੇਡਿੰਗ ਕੀਤੀ ਗਈ ਆ, ਨਹਿਰ ਦੇ ਉੱਤੇ ਨਾਕਾ ਲਾਇਆ ਹੋਇਆ ਵੀ ਜਿਹੜਾ ਕਿਸਾਨ ਆਵੇ ਕਿਸੇ ਹੋਰ ਥਾਂ ਤੋਂ ਲੰਘ ਨਾ ਸਕੇ, ਸਿਰਫ ਇਹੀ ਰਸਤਾ ਹੋਵੇ। ਜਿੰਨੇ ਵੀ ਪੁੱਲ ਨੇ ਉਹ ਦੇਖੋ ਉੱਧਰੋਂ ਵੀ ਗੱਡੀਆਂ ਮੁੜ ਕੇ ਆ ਰਹੀਆਂ ਨੇ, ਜਿੰਨੇ ਵੀ ਪੁੱਲ ਨੇ ਉਹ ਸਾਰੇ ਜਿਹੜੇ ਬਲੌਕ ਕਰ ਦਿੱਤੇ ਨੇ। ਪੁੱਲਾਂ 'ਤੇ ਜਿਹੜੇ ਹਰਿਆਣੇ ਸਰਕਾਰ ਨੇ ਜਿਹੜੇ ਪੰਜਾਬ ਹਰਿਆਣੇ 'ਚ ਵੜਦੇ ਨੇ ਪੰਜਾਬ ਤੋਂ ਪੁੱਲ, ਉਹ ਸਾਰੇ ਜਿਹੜੇ ਬੰਦ ਕਰਤੇ। ਅਤੇ ਆਹ ਦੇਖੋ ਇੱਧਰ ਕੰਡੇ ਵਾਲੀਆਂ ਜਿਹੜੀਆਂ ਤਾਰਾਂ ਲਾਤੀਆਂ ਅਤੇ ਉਹ ਦੇਖੋ ਉੱਧਰ ਕਿੱਲ ਲਾਤੇ, ਉੱਧਰਲੇ ਪਾਸੇ ਜਿਹੜੇ ਕਿੱਲ ਲਾਤੇ, ਇੱਧਰ ਵੀ ਜਿਹੜੇ ਸਮੈਂਟ ਦੇ ਵੱਡੇ ਵੱਡੇ ਪੱਥਰ ਰੱਖਦੇ, ਵਿਚਾਲੇ ਜਿਹੜੀ ਆਰਮੀ ਬੈਠੀ ਆ, ਉਦੋਂ ਪਿੱਛੇ ਜਿਹੜੀ ਪੁਲਿਸ ਹੈ। ਆਹ ਦੇਖੋ ਕਿੱਲ, ਜਿਹੜੇ ਕਿੱਲ ਕਿਸ ਤਰ੍ਹਾਂ ਲਗਾਏ ਗਏ ਨੇ ਵੀ ਕੋਈ ਵੀ ਜਿਹੜਾ ਟਰੈਕਟਰ ਇੱਕ ਵਾਰ ਜੇ ਬੈਰੀਗੇਟ ਤੋੜਦਾ ਅਤੇ ਇੱਥੋਂ ਦੀ ਲੰਘਦਾ ਵੀ ਆ ਤਾਂ ਸਾਰੇ ਟਰੈਕਟਰ ਜਿਹੜੇ ਪੈਂਚਰ ਹੋ ਜਾਣਗੇ। ਪਿੱਛੇ ਜਿਹੜੇ ਕੰਟੇਨਰ ਵੀ ਖੜ੍ਹੇ ਕੀਤੇ ਨੇ, ਅਤੇ ਹੋਰ ਵੀ ਜਿਹੜੀਆਂ ਕਾਫੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਨੂੰ ਰੋਕਣ ਵਾਸਤੇ। ਅਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ, ਰਾਤ ਵੀ ਮੀਟਿੰਗ ਚੱਲੀ ਆ ਕਿਸਾਨਾਂ ਨਾਲ ਜਿਹੜੀ, ਪਰ ਦੋਸਤੋ ਕਿਸਾਨਾਂ ਦੀਆਂ ਜਿਹੜੇ ਮੰਗਾਂ ਨਹੀਂ ਮੰਨੀਆਂ, ਜਿਸ ਤੋਂ ਬਾਅਦ ਹੁਣ ਕਿਸਾਨਾਂ ਨੇ ਫੈਸਲਾ ਲਿੱਤਾ ਵੀ ਅਸੀਂ 13 ਫਰਵਰੀ ਨੂੰ ਦਿੱਲੀ ਜਾਣਾ। ਅਤੇ ਅੱਜ 13 ਫਰਵਰੀ ਆ, ਕਿਸਾਨ ਵੀ ਜਿਹੜੀ ਆਪਣੀਆਂ ਫੁੱਲ ਤਿਆਰੀਆਂ ਖਿੱਚੀ ਜਾਂਦੇ ਨੇ, ਅਤੇ ਹਰਿਆਣਾ ਸਰਕਾਰ ਨੇ ਵੀ ਜਿਹੜੀਆਂ ਫੁੱਲ ਤਿਆਰੀਆਂ ਖਿੱਚੇ ਨੇ ਕਿਸਾਨਾਂ ਨੂੰ ਰੋਕਣ ਵਾਸਤੇ। ਪਰ ਦੋਸਤੋ ਪੰਜਾਬ ਹਰਿਆਣੇ ਭਾਈਚਾਰੇ ਦੀ ਗੱਲ ਦੱਸਦਾ ਵੀ ਕੱਲ੍ਹ ਜਿਹੜਾ ਸ਼ੰਭੂ ਬਾਰਡਰ 'ਤੇ ਲੰਗਰ ਲਾਏਗਾ, ਅਤੇ ਹੋਰ ਵੀ ਜਿਹੜੇ ਬਾਰਡਰਾਂ 'ਤੇ ਹਰਿਆਣੇ ਵਾਲਿਆਂ ਨੇ ਪੰਜਾਬ ਵਾਲਿਆਂ ਵਾਸਤੇ ਲੰਗਰ ਲਾਇਆ, ਕਿਤੇ ਦੁੱਧ ਦਾ ਲੰਗਰ ਅਤੇ ਕਿਤੇ ਹੋਰ। ਅਤੇ ਆਹ ਮਜ਼ਦੂਰ ਆ ਗਏ ਅਤੇ ਇਹਨਾਂ ਦੀ ਗੱਲ ਆਪਾਂ ਕਰਦੇ ਹਾਂਗੇ। ਅਤੇ ਅੱਗੇ ਜਾਣਾ ਇਹਨਾਂ ਨੇ, ਪੁਲਿਸ ਨੇ ਜਿਹੜਾ ਪਹਿਲਾਂ ਵੀ ਮੋੜ 'ਤੇ ਸੀ, ਮੈਂ ਪਹਿਲਾਂ ਵੇਖੇ ਸੀ, ਪਹਿਲਾਂ ਵੀ ਮੋੜ 'ਤੇ ਸੀ, ਅਤੇ ਹੁਣ ਜਿਹੜਾ ਦੁਬਾਰੇ ਪੁੱਛਣ ਜਾਂਦੇ ਨੇ, ਇਹਨਾਂ ਨੂੰ ਦੁਬਾਰੇ ਪੁੱਛਣ ਜਾਂਦੇ ਨੇ ਵੀ ਅਸੀਂ ਜਿਹੜਾ ਦੂਜੇ ਪਾਸੇ ਇਹਨਾਂ ਦਾ ਪਿੰਡ ਹੈ ਅਤੇ ਇੱਥੋਂ ਜਿਹੜਾ ਇਹਨਾਂ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ, ਅਤੇ ਇਹ ਬਾਈ ਉੱਧਰ ਹੀ ਚੱਲੇਗਾ, ਇਹ ਮਾਤਾ ਜਿਹੜੀ ਗੱਲ ਕਰ ਰਹੀ ਹੈ ਉੱਧਰਲੇ ਪਾਸੇ। ਇੱਕ ਵਾਰੀ ਪਹਿਲਾਂ ਕਹਿਤਾ ਸੀ, ਪਰ ਦੋਸਤੋ ਹੁਣ ਜਿਹੜਾ ਇਹਨਾਂ ਨੇ ਦੇਖੋ ਆਪਾਂ ਕੀ ਕਰਨਾ ਹੈਗਾ, ਅਤੇ ਆ ਬੀਬੀ ਚੱਲ ਵੀ ਇੱਧਰ ਨੂੰ, ਇਸ ਨਾਲ ਹੀ ਪਿੰਡ ਹੈ ਜਿਹੜਾ ਆਪਾਂ ਕਹਿ ਦਈਏ ਪੰਜਾਬ ਅਤੇ ਹਰਿਆਣੇ ਬਾਰਡਰ 'ਤੇ ਖੜ੍ਹੇ ਆਪਾਂ, ਨਾਲ ਹੀ ਜਿਹੜਾ ਹਰਿਆਣਾ ਹੈਗਾ, ਅਤੇ ਉੱਥੇ ਜਿਹੜਾ ਇਹਨਾਂ ਦਾ ਪਿੰਡ ਅਤੇ ਆ ਮਾਤਾ ਜੀ ਐਤਕੀ ਸ਼ਾਇਦ ਟੱਪਾ ਤਾ ਮੈਨੂੰ ਲੱਗਦਾ, ਪਤਾ ਨਹੀਂ ਆਪਣੇ ਆਪ ਹੀ ਟੱਪ ਰਹੇ ਨੇਗੇ, ਪਰ ਇਹਨਾਂ ਦਾ ਜਿਹੜਾ ਮੋਟਰਸਾਈਕਲ ਆ ਉਹ ਪਿੱਛੇ ਖੜ੍ਹਿਆ ਹੈਗਾ। ਆ ਤੁਸੀਂ ਵੇਖਿਆ ਹੋਣਾ ਸਪਲੈਂਡਰ ਜਿਹੜਾ ਮੋਟਰਸਾਈਕਲ ਆ ਪਿੱਛੇ ਖੜ੍ਹਿਆ, ਪਹਿਲਾਂ ਵੀ ਜਿਹੜਾ ਕਾਫੀ ਜੱਦੋਜਹਿਦ ਕਰ ਰਹੇ ਸੀ, ਲੰਘਣ ਨਹੀਂ ਦਿੱਤਾ ਜਾ ਰਿਹਾ ਸੀ, ਪਰ ਹੋ ਸਕਦਾ ਨੇੜੇ ਘਰ ਹੋਵੇ ਤਾਂ ਕਰਕੇ ਹੁਣ ਜਿਹੜਾ ਟਪਾ ਦਿੱਤਾ ਹੋਵੇ। ਅਤੇ ਬਾਕੀ ਦੇਖੋ ਤੁਸੀਂ ਪੰਜਾਬ ਹਰਿਆਣੇ ਦੇ ਬਾਰਡਰਾਂ ਦੀ ਗੱਲ ਕਰੀਏ, ਦੁਬਾਰੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਦੋਸਤੋ, ਵੱਧ ਤੋਂ ਵੱਧ ਸਾਰੇ ਬਾਰਡਰ ਇਸ ਤਰ੍ਹਾਂ, ਪਿਛਲੀ ਵਾਰ ਜਿਹੜੇ ਇਸ ਤਰ੍ਹਾਂ ਬਾਰਡਰ ਨਹੀਂ ਸੀਗੇ, ਕਿਉਂਕਿ ਦੋਸਤੋ ਲੰਘਦਾ ਪਿਛਲੀ ਵਾਰ ਵੀ ਕਿਸਾਨ ਗਏ ਸੀ, ਪਰ ਅੱਗੇ ਜਾ ਕੇ ਆਪਾਂ ਗੱਲ ਕਰੀਏ ਸੋਨੀਪਤ ਅਜਿਹੇ ਬਾਰਡਰ ਦੇਖਣ ਨੂੰ ਮਿਲੇ ਸੀ, ਪਰ ਇਸ ਵਾਰ ਜਿਹੜੇ ਸਟਾਰਟਿੰਗ ਦੀ ਅਜਿਹੇ ਬਾਰਡਰ ਬਣਾ ਤੇ ਵੀ ਜਿਹੜਾ ਕਿਸਾਨਾਂ ਨੂੰ ਲੰਘਣਾ ਉਹ ਬਹੁਤ ਮੁਸ਼ਕਲ ਹੋ ਜੇ, ਵਿਚਾਲੇ ਵੱਡੇ ਵੱਡੇ ਜਿਹੜੇ ਲੋਹੇ ਦੇ ਉਹ ਕਿੱਲ ਲਾਤੇ, ਅਤੇ ਹੋਰ ਜਿਹੜੀਆਂ ਬੈਰੀਗੇਡਿੰਗ ਕਰਤੀ, ਤਾਰਾਂ ਲਾਤੀਆਂ, ਹੋਰ ਜਿਹੜੇ ਵੱਡੇ ਪੱਥਰ ਰੱਖ ਕੇ ਉਹਨਾਂ ਦੇ ਵਿੱਚ ਜਿਹੜੀਆਂ ਸਮੈਂਟ ਦੀਆਂ ਕੰਧਾਂ ਬਣਵਾਤੀਆਂ ਵੀ ਕਿਸੇ ਵੀ ਜਿਹੜਾ ਇਹਨੂੰ ਖਿੱਚ ਵੀ ਨਾ ਸਕਣ, ਕਿਸੇ ਵੀ ਤਰ੍ਹਾਂ ਜਿਹੜਾ ਇਹਨਾਂ ਨੂੰ ਖਿੱਚ ਵੀ ਨਾ ਸਕਣ। ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਅਤੇ ਕਿਸਾਨਾਂ ਦਾ ਸਾਥ ਜ਼ਰੂਰ ਦਿਓ। 100% ਪੱਕੀ ਸਲਾਮ, ਪੱਕਾ ਕੰਮ, ਸਮੱਸਿਆ ਕੋਈ ਵੀ ਹੋਵੇ, ਲਵ ਮੈਰਿਜ ਬ੍ਰੇਕਅਪ ਸੋਲੂਸ਼ਨ, ਫੋਨ ਕਰੋ ਸਮਾਧਾਨ ਪਾਓ, ਲੱਕੀ ਨੰਬਰ ਗ੍ਰੈਟਲੀਸ਼, ਆਪਣਾ ਪਿਆਰ ਵਾਪਸ ਪਾਓ, ਨੌਕਰੀ ਕਾਰੋਬਾਰ, ਪਤੀ ਪਤਨੀ ਚ ਝਗੜਾ, ਸੰਕਟ ਦੁਸ਼ਮਣ ਤੋਂ ਛੁਟਕਾਰਾ।